ਤਾਂ ਸੱਜਣੋ ਅੱਜ ਆਪਾਂ ਨਾ ਆਪਣੇ ਯਾਰ ਕੋਲੇ ਜੱਗੀ ਕੋਲੇ ਪਹੁੰਚੇ ਹੋਏ ਹਾਂ ਬਰਨਾਲਾ ਸ਼ਹਿਰ ਸੇਖਾਂ ਰੋਡ ਗੁਰੂ ਰਾਮਦਾਸ ਨਗਰ 'ਚ। ਦੋ ਤਾਂ ਜਰਸੀਆਂ ਦਿਖਾ ਦਾਂਗੇ ਟੌਪ ਦੀਆਂ ਅਤੇ ਦੋ ਦਿਖਾ ਦਾਂਗੇ ਜਰਸੀ ਕਰੋਸ ਦੇ ਵਿੱਚ। ਤਿੰਨ ਗੱਬਣਾਂ ਨੇ, ਇੱਕ ਤਾਜ਼ੀ ਸੂਈ ਆ, ਨਾਲ ਕੌਫੀ ਕਲਰ ਦੀ ਜਰਸੀ ਬੱਛੀ ਆ, ਅਤੇ ਬਾਕੀ ਜਿਹੜੀਆਂ ਦੋ ਜਰਸੀ ਗੱਬਣਾਂ ਦਿਖਾਊਂਗਾ ਤਾਂ ਤੁਹਾਨੂੰ ਐਂ ਲੱਗੂ ਜਿਵੇਂ ਬਾਜ਼ਾਰ ਏ ਲਾ ਰੱਖਿਆ। ਐਂਡ ਗੱਲਬਾਤ ਹੀ ਆ, ਗਾਵਾਂ ਦਿਖਾਵਾਂਗੇ ਚਾਰ, ਸਿਸਟਮ 40 ਵਰਗਾ ਹੀ ਕਰ ਦਾਂਗੇ ਤੁਹਾਡਾ। ਆਹ ਬੈਂਡ ਵੀ ਗੱਬਣਾ, ਦੋ ਨੰਬਰ ਵਾਲੀ ਵੀ ਗੱਬਣਾ, ਲੱਗੂ ਤੁਹਾਨੂੰ ਐਂ ਜਿਵੇਂ ਵੀ ਬਾਜ਼ਾਰ ਬਜ਼ੂਰ ਛੱਡ ਰੱਖੀ ਹੁੰਦੀ ਆ। ਬਾਕੀ ਗੱਲਬਾਤ ਜੱਗੀ ਨਾਲ ਕਰਾ ਦਾਂਗੇ, ਇਕੱਲੀ ਇਕੱਲੀ ਖੋਲ੍ਹ ਕੇ ਤੋਰ ਕੇ ਦਿਖਾ ਦਾਂਗੇ, ਅਤੇ ਜਿਹੜਾ ਰੇਟ ਆ ਰੇਟ ਵੀ ਕੋਸ਼ਿਸ਼ ਰਹੂਗੀ ਵੀ ਸਾਰੀਆਂ ਗਾਵਾਂ ਦਾ ਵੀਡੀਓ 'ਚ ਹੀ ਕਰਾ ਦਈਏ। ਆ ਜਾ ਜੱਗੀ ਫਿਰ, ਹੋਰ ਕਿਵੇਂ ਆ? ਠੀਕ ਠਾਕ ਜੀ, ਵਧੀਆ। ਹੋਰ ਠੀਕ ਹੋ ਜੀ? ਚੜ੍ਹਦੀ ਕਲਾ। ਮੈਂ ਕਿਹਾ ਕਿਰਪਾ ਬਾਬੇ ਨਾਨਕ ਦੀ ਪੂਰੀ ਮਿਹਰ ਆ ਜੀ, ਫੁੱਲ ਮਿਹਰ ਲੱਗ ਗਿਆ, ਪੂਰੀ ਫੁੱਲ ਮਿਹਰ ਆ ਜੀ, ਪੂਰੀ ਐਨ ਪੂਰੀ ਗੁੱਡੀ ਸਿਖਰਾਂ ਤੇ ਪਟਵਾਰੀ ਲੱਗਿਆ ਹੁੰਦਾ। ਚਲੋ ਪਟਵਾਰੀ ਵੀ ਵੀਰ ਕਿਹੜਾ ਮਾੜੇ ਹੁੰਦੇ ਨੇ, ਪਟਵਾਰੀ ਵੀ ਹਨਾ, ਠੀਕ ਹੈ ਗੱਲ। ਆਪਾਂ ਇਹ ਨੀ ਕਈ ਵੀਰ ਹੁੰਦੇ ਕਿ ਪਟਵਾਰੀ ਆਪਣੀ ਕੀ ਰੀਸ ਕਰੂ, ਨਹੀਂ ਪਟਵਾਰੀ ਵੀ ਚੀਜ਼ ਆ ਵਿਚਾਰੇ, ਪਟਵਾਰੀ ਚਲੋ ਆਪਦੇ ਸਾਹਮਣੇ ਆਪਾਂ ਆਪਦੇ ਸਾਹ ਹਨਾ ਜੀ, ਠੀਕ ਹੈ ਗੱਲ। ਬਾਕੀ ਇਹ ਪਟਵਾਰੀ ਬਣਾਉਣ ਵਾਲੀਆਂ ਇਹੀ ਨੇ ਕਰਮ ਵਾਲੀਆਂ, ਠੀਕ ਹੈ ਗੱਲ। ਕਿੰਨੀਆਂ? ਚਾਰ ਦਿਖਾਵਾਂਗੇ? ਹਾਂਜੀ, ਚਾਰ ਨੇ ਆਪਣੇ ਕੋਲੇ, ਬਹਿਣਾ ਆਪਣੇ ਕੋਲੇ 8-9 ਨੇ, ਚਾਰ ਬਹਿਣਾ ਆਪਣੇ ਕੋਲੇ ਕੱਚੀਆਂ ਨੇ ਉਹ। ਚਲੋ ਆਪਾਂ ਅਗਲੀ ਵੀਡੀਓ ਚ ਕੱਚੀ ਲੈਣ ਦਾ ਸ਼ਕੀਨ ਹੋਇਆ ਕਿ ਵਟਸਐਪ ਤੇ ਵੀਡੀਓ ਬਣਾ ਦਿਓ, ਸਪੈਸ਼ਲ ਫੋਨ ਕਰ ਸਕਦਾ ਵੀਰ, ਅਜੇ ਤੋਂ ਕਰ ਲਈਏ ਸ਼ੁਰੂ? ਹਾਂਜੀ, ਇਸੇ ਤੇ ਕਰ, ਮਾਰ ਗਿਆ ਜੀ ਪਹਿਲੇ ਦੇ ਆਰਡਰ ਤੇ ਕੈਮਰਾ ਮਾਰ, ਬਾਕੀ ਪਾਸਿਓਂ ਫੇਰ ਹੀ ਦਿਖਾਵਾਂਗੇ। ਆ ਗਈ ਜਰਸੀ ਸਭਾ ਦੀ ਠੰਡੀ ਸੀਲ ਹੈ, ਥਣ ਲੱਗਿਆ ਇਹਨੂੰ ਮੱਝਾਂ ਨਾਲ ਦਾ, ਹਜੇ ਪਲਾਈ ਜੀ ਪਈ ਆ ਜੱਗੀ, ਹਨਾ? ਹਾਂਜੀ ਹਾਂ, ਹਜੇ ਦੱਸਦੇ ਹੁੰਦੇ ਆ, ਡੰਗ ਦਿਹਾੜੀ ਲੈ ਜੂਗੀ ਜੀ, 2 ਦਿਨ ਲੈ ਜੂ, ਹਫ਼ਤਾ ਨਹੀਂ ਕਹਿ ਸਕਦੇ ਇਹਨੂੰ ਵੀ, ਇਹ ਹਫ਼ਤਾ ਲੈ ਜੂਗੀ, ਠੀਕ ਹੈ ਗੱਲ। ਅਗਲੇ ਬੰਨੇ ਥਣ ਦਾ ਸਾਈਜ਼ ਵੀ ਦਿਖਾ ਦਿੰਗੇ ਜੀ। ਆ ਗਈ ਜਰਸੀ, ਆ ਗਈ 1 ਨੰਬਰ ਤੇ, ਤੇ ਨੰਬਰ ਉਂ ਵੀ ਪਹਿਲੇ ਹੀ ਚੱਕਦੀ ਆ, ਮੈਂ ਵੀ ਪਹਿਲੇ ਨੰਬਰ ਵਾਲੀ ਕਰਮ ਵਾਲੀ, ਕੱਦ ਵੀ ਫੁੱਲ ਵੱਡਾ ਪੰਜਾਬ ਵਾਲੀ ਆ ਗਈ, ਆਰਡਰ ਕੁਆਲਿਟੀ ਵਾਲੇ ਦਾ ਨਾ ਚਿੱਬੇ ਕੱਢਦੀ ਜਾਂਦੇ ਜੀ, ਪਾ ਨਹੀਂ ਕਹਿੰਦੇ 2-2.5 ਲੱਖ ਵਾਲੀ ਗਾਂ ਨੂੰ ਆਰਡਰ ਲੱਗਿਆ। ਮੈਂ ਕਿਹਾ ਬਾਈ ਹੈ ਹੀ 2-2, ਜਿਹੜਾ ਨੇ ਬੱਚੇ ਆਉਂਦੇ ਐ ਮੰਨੋ ਵੀ ਟਾਈਮ ਦੇ ਵਿੱਚ ਮੇਲਿਆਂ 'ਚ ਖੜਾਉਣੇ ਆ, ਠੀਕ ਆ ਗੱਲ, ਉਹ ਵੀਰੇ ਬੱਸੀ ਨਹੀਂ ਖਰੀਦ ਕਰ ਲੈਣ, ਜਿਹੋ ਜਿਹਾ ਮਰਜ਼ੀ ਸੀਮਾ ਲਵਾ ਕੇ, ਜਿਹੋ ਜਿਹਾ ਮਰਜ਼ੀ ਬੱਚਾ ਲੈ ਸਕਦੇ ਆ, ਤੋਂ ਤੋਰ ਤੋਰ ਪੁਲੀ ਤੱਕ ਤੋਰਾ ਆ, ਜਰਸੀ ਪੰਜਾਬ ਵਾਲੀ ਪਿਓਰ ਆ ਗਈ, ਕਮਾਲ ਆ। ਇੱਥੇ ਕੱਦ ਆ ਗਿਆ ਫੁੱਲ ਵੱਡਾ ਤੇ ਓਨਾ ਹੀ ਚੌੜਾ ਆ ਗਿਆ ਜੱਗੀ, ਇਹਦਾ ਆਰਡਰ ਐ ਲੱਗ ਗਿਆ ਯਾਰ ਜਿਵੇਂ ਮੈਂ ਕਿਤੇ ਬਾਜ਼ਾਰ ਲਾ ਰਹੀ। ਨਹੀਂ ਨਹੀਂ ਬਾਈ ਜੀ, ਗੱਬਣ ਹੈਗੀ, ਹਜੇ ਡੰਗ ਦਿਹਾੜੀ ਲੈ ਜੂਗੀ, 2 ਦਿਨ ਲੈ ਜੂਗੀ, ਮਤਲਬ ਕੀ ਇੱਥੇ ਮਾੜੀ ਜੀ, ਟੌਪ ਕਲਾਸ ਹੀ ਆ ਬਾਈ, ਨਾੜਾ ਨੂੜਾ ਦਿਖਾ ਦੀ ਵੀਰੇ, ਇੱਥੇ ਲੇਵੇ ਤੇ ਦੇਖੀ ਕੈਸੀਆਂ ਨਾੜਾ ਨੇ, ਤੇ ਠੰਡੀ ਬਰਫ਼ ਸੁਭਾਅ ਯਾਰ, ਲੈ ਰੋਕੀ ਰੋਕੀ ਫੜ ਕੇ ਮਾੜੀ ਜੀ, ਰੋਕ ਲਾ ਰੋਕ ਲਾ ਰੋਕ ਲਾ, ਲੱਤਾਂ ਨੂੰ ਜਿਹਾ ਜੱਫੀ ਪਾ ਕੇ ਬੈਠਾ ਰਵੇ, ਕੋਈ ਇਹ ਨਹੀਂ ਵੀ ਲੱਤ ਛੜ ਮਾਰ ਜੂਗੀ, ਇਧਰਲੇ ਬੰਨੇ ਲਿਆ ਗਿਆ ਜੀ, ਬਾਹਲੀ ਚੰਗੀ ਬੱਛੀ ਆ ਯਾਰ, ਟੌਪ ਕਲਾਸ ਹੀ ਆ, ਇਹ ਤੂੰ ਐਂ ਬਣ ਲਾ ਗੈਰੀ ਤੇ ਵੀ ਮਾਰਤੀ ਆ ਕੇ ਧਾਰ, ਐਡੀ ਦੂਰ ਐਡਾ ਸਿਸਟਮ ਆ, ਤੇ ਬਾਕੀ ਆਰਡਰ ਤੁਹਾਡੇ ਸਾਹਮਣੇ ਆ। ਜਿਹੜੇ ਵੀਰ ਜਰਸੀ 30 ਕਿਲੋ ਵਾਲੀ ਮੰਗਦੇ ਹੁੰਦੇ ਆ, ਜਿਹੜੇ ਦੀ ਡਿਮਾਂਡ ਵਾਲੀ, ਹਾਂ ਜਿਨ੍ਹਾਂ ਦੀ ਮਤਲਬ 30 ਕਿਲੋ ਮਤਲਬ 25+ ਵਾਲੀ ਡਿਮਾਂਡ ਆ, ਠੀਕ ਆ ਗੱਲ, ਉਹ ਵੀਰ ਇਹ ਬੱਛੀ ਲੈ ਲੈਣ, ਠੀਕ ਆ ਜੀ। ਇਹਨੇ 24 ਕਿਲੋ ਬਲੂਨ ਨੇ ਕੱਢਿਆ ਹੋਇਆ ਵੀਰੇ, ਤੇ ਆਰਡਰ ਹੈਗਾ ਜਿੰਨਾ ਕੁ ਹੈਗਾ, ਆਰਡਰ ਹੈਗਾ ਠੋਸ ਇਹਦਾ ਫੁੱਲ, ਹਨਾ? ਹਜੇ ਮੰਨ ਲਈਏ ਕੰਨੀਆਂ ਖੜੀਆਂ ਨੇ, ਅੱਛਾ, ਇਹ ਉਹ ਛਿੱਗੀਆਂ 'ਚ ਪੈਣ ਲੱਗ ਗਈ, ਹੈ ਚੌਗੀ ਹੋਈ ਆ ਵੀਰ, ਛਿੱਗੀ ਮੰਨ ਕੇ ਲੈ ਜਾਓ, ਛਿੱਗੀ ਪਿਓਰ ਆ ਗਈ। ਪੈਸੇ ਕਿੰਨੇ ਲੱਗਣਗੇ? ਪੈਸੇ ਬਾਈ ਜੇ ਫੋਨ ਤੇ ਕਰ ਲਈਏ, ਮੁੱਲ ਦੱਸ ਦਈਏ, ਵਾਲੇ ਤਾਂ ਨਹੀਂ ਮੰਗਦਾ ਫੋਨ ਤੇ, ਬਸ ਫਿਰ ਇੱਕ ਹੱਥ ਬੰਨ ਕੇ ਬੇਨਤੀ ਆ ਵੀਰ ਬਣ ਕੇ, ਜਿਹੜਾ ਮੁੱਲ ਕਰਾਂਗੇ ਉਹਦੇ 'ਚੋਂ 1,500 ਵਾਲੀ ਛੋੜ ਹੀ ਹੋਊਗੀ, ਠੀਕ ਹੈ ਬਾਈ। ਇਹ ਬੱਛੀ ਆਪਾਂ 75,000 ਦੀ ਦੇ ਦਿਆਂਗੇ ਜੀ, ਸਿਰਫ ਬਸ, ਮੁੱਲ ਨਹੀਂ ਕੋਈ ਇਹਦਾ, ਜੇ ਮੁੱਲ ਜੇ
ਉਹ ਆਮ ਮੁੱਲ ਇਹੋ ਜਿਹੀਆਂ ਬੱਸੀਆਂ ਦੇ 90-90 95-95 ਹਜ਼ਾਰ ਰੁਪਇਆ ਪਾਏ ਹੋਏ ਨੇ। ਮੈਂ ਸਿਰਫ ਤਾਂ ਲਾਇਆ ਨਾਲਾ, ਜਿਹੜੇ ਬਾਈ ਹਨਾ ਬਿਆਨਾ ਪਾਉਂਦੇ ਹੁੰਦੇ ਨੇ ਉਹ ਛੇਤੀ ਆਉਣ ਦੀ ਥੋੜੀ ਜਿਹੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਡੰਗਰੇ ਸ਼ੁਰੂ ਚ ਹੀ ਦੱਸਦੇ ਘੱਟੋ ਘੱਟ ਬਿਆਨਾ ਬਾਈ ਜੀ, ਘੱਟੋ ਘੱਟ 10,000 ਰੁਪਏ ਤੋਂ ਘੱਟ ਆਪਾਂ ਬਿਆਨਾ ਨੀ ਪਾਉਂਦੇ ਹੈਗੇ, 1,000-2,000 ਰੁਪਏ ਆਪਾਂ ਨੂੰ ਆਪਾਂ ਬਿਆਨਾ ਨੀ ਪਾਉਂਦੇ ਕਿਸੇ ਵੀ ਗੱਲ। ਅਗਲਾ 1,000-2,000 ਪੱਕ ਯਾਰ ਪਸ਼ੂ ਰਖਾਉਣ ਵਾਲੀ ਗੱਲ ਹੋ ਜਾਂਦੀ ਬਾਈ, ਰਖਾਉਣ ਦੀ ਉਹਦੇ ਨਾਲ ਦੀ ਬਹਿਰ ਖੜੀ, ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਉਹਦੀ, ਆਪਾਂ ਪਿਛਲੀ ਵੀਡੀਓ ਜੋ ਮੱਛੀ ਪਾਈ ਸੀ ਇਹ ਦੇਣੀ ਆ ਬਾਈ, ਕਹਿੰਦਾ ਸਿਰਫ 75 ਦੀ ਤੇ ਜਿਹੜਾ ਰੇਟ ਆ ਉਹ ਫਿਕਸ ਪ੍ਰਾਈਸ ਆ ਬਾਈ ਜੀ ਇਹਦਾ। ਹਾਂ ਮਤਲਬ ਆਮ ਇਹ ਜੀਆਂ ਵੀਡੀਓ 90-95 ਹਜ਼ਾਰ ਰੁਪਇਆ ਮੁੱਲ ਪਾਉਂਦੇ ਆ ਇਹ ਜਿਹੀਆਂ ਬੱਸੀਆਂ ਦਾ, ਬਸ ਇਹ ਚ ਛੋੜ ਹੀ ਹੋਊਗੀ 500,000, ਇਦੂ ਵੱਧ ਨੀ ਹੋਣੀ। ਠੀਕ ਹੈ ਗੱਲ, 74 ਚ ਹੀ ਰਹਿ ਗਈ ਹੁਣ, ਇਦੂ ਬਾਅਦ ਤਾਂ ਤੁਹਾਨੂੰ ਆਪੇ ਪਤਾ। ਤੇ ਹੁਣ ਮਾਰ ਗਿਆ ਜੀ 2 ਨੰਬਰ ਵਾਲੀ ਤੇ ਕੈਮਰਾ, ਪਹਿਲਾਂ ਥਣ ਦਾ ਸਾਈਜ਼ ਤੇ ਆਰਡਰ ਕੁਆਲਿਟੀ ਚੈੱਕ ਕਰਾ ਦੇ, ਪਿਓਰ ਜਾਸੀ ਆ ਗਈ 100 ਦਾ 100। ਹੁਣ ਜਿਹੜੀ ਇਹ ਬੱਚੀ ਆ ਬਾਈ ਜੀ, ਪਿਛਲੀ ਵਾਰ ਆਪਾਂ ਵੀਡੀਓ ਚ ਪਾਈ ਸੀ ਅੱਜ ਤੋਂ 3 ਦਿਨ ਪਹਿਲਾਂ, ਠੀਕ ਹੈ ਗੱਲ, ਕੱਚੀ ਸੀ। ਹੁਣ ਮੈਨੂੰ 1,000 ਰੁਪਇਆ ਬਿਆਨਾ ਪਾ ਕੇ ਬਾਈ ਨੇ ਖੜਾਈ ਰੱਖਿਆ, ਤੱਬੇ ਕੋਲ ਦੇ ਬੰਦੇ ਨੇ ਲਈ ਸੀ, ਜੇ ਵੀਡੀਓ ਦੇਖੂਗਾ ਤਾਂ ਉਹਨੂੰ ਪਤਾ ਵੀ ਲੱਗੂ। ਠੀਕ ਹੈ ਗੱਲ, ਕਹਿੰਦਾ ਵੀ ਬਾਈ ਯਾਰ ਜਵਾਕ ਢਿੱਲਾ ਹੋ ਗਿਆ, ਐਂ ਹੋ ਗਿਆ ਮੁੜ ਕੇ ਨਾਲਾ, ਵੀ ਹਜੇ ਤੱਕ ਆਇਆ ਨੀ, ਅੱਜ ਮੇਰੀ ਤਾਂ ਹੀ ਵੀਡੀਓ ਮੈਂ ਦੁਬਾਰੇ ਪਾਉਣ ਲੱਗੇ ਨੇ ਦੀ, ਵੀ ਮੈਂ ਕਿਉਂਕਿ ਵੀਰਾਂ ਨੂੰ ਕਹਿਤਾ ਸੀ ਵੀ ਬਾਈ ਉਹ ਤਾਂ ਵਿਕ ਗਈ ਵਿਕ ਗਈ। ਬਹੁਤ ਫੋਨ ਆਏ ਇਸ ਬੱਚੀ ਦੇ, ਉਰਲੇ ਬੰਨੇ ਲਿਆ ਗਿਆ ਜੀ, ਉਰੋ ਗੈਪ ਦਿਖਾ ਦੇ ਥਾਣਾ ਦਾ, ਥਾਣਾ ਦਾ ਗੈਪ ਦਿਖਾ ਦੇ ਉਰਲੇ ਬੰਨੇ ਬਾਈ, ਦੁੱਧੋ ਤੂੰ ਐਂ ਮੰਨ ਲਾ ਵੀ 20+ ਕੱਢ ਦੂਗੀ ਖੁੱਲਾ, 20 ਕਿਲੋ ਜਿਹੜਾ ਕਿਲੋ ਵਾਲਾ 20 ਹੈ ਨਾ ਉਹ ਕੱਢਣੇ ਨੇ, 22-23 ਕਿਲੋ ਦਿੱਤੇ ਜਾਓ ਸਾਲੇ ਪੱਖ ਤੇ ਮਾਰਦੇ ਧੋਰ ਚੋਬਰਾ ਖੋਲ ਕੇ। ਹਾਈਟ ਇਹਦੀ ਆ ਗਈ ਦਰਮਿਆਨੀ ਤੇ ਆ ਗਈ ਵਜਨ ਵਾਲੀ ਉੱਠਣ ਦੀ ਆਪਣੀ ਫੁੱਲ ਗਰੰਟੀ ਹੋਊਗੀ ਇਹਦਾ। ਬਾਕੀ ਜਿਹੜੇ ਆਪਣੇ ਮੁੱਲ ਹੁੰਦੇ ਆ ਉਹ ਫਿਕਸ ਹੀ ਹੁੰਦੇ ਆ, ਜਿਹੜੀ ਦੁੱਧ ਦੀ ਗੱਲ ਆ ਵੀਰੇ ਉਹ ਆਪਾਂ ਨੂੰ ਜਿਹੜੀ ਚੀਜ਼ ਫਾਰਮਰ ਦੱਸਦਾ ਹੈਗਾ ਮੂਹਰੋਂ, ਜਿਹੜੇ ਆਪਾਂ ਘਰੋਂ ਪਰਹੇਜ ਕਰਦੇ ਆ ਜਾਂ ਜਿਵੇਂ ਵੀ ਜਿਹੜੇ ਮਤਲਬ ਆਪਾਂ ਡੰਗਰ ਲੈਂਦੇ ਆ ਜਾਂ ਮੰਡੀ ਚੋਂ ਲੈਂਦੇ ਆ, ਜਿਹੜੀ ਚੀਜ਼ ਆਪਾਂ ਨੂੰ ਮਾਲਕ ਦੱਸ ਕੇ ਜਾਂਦਾ ਆਪਾਂ ਉਹੀ ਚੀਜ਼ ਦੱਸਦੇ ਆ। ਇੱਥੇ ਰੋ ਵੀਰ ਬਣ ਕੇ ਮੁੜ ਕੇ ਨਾ ਮੰਗਰੋਂ ਕਈ ਵੀਰ ਕਮੈਂਟ ਕਰੀ ਜਾਂਦਾ ਜਾਂ ਲਾਂਭੇ ਦੇਈ ਜਾਂਦੇ ਹਨ, ਠੀਕ ਹੈ ਗੱਲ, ਇੱਥੋਂ ਆਪਦੀ ਨਿਰਖ ਪਰਖ ਕਰਕੇ ਲੈ ਕੇ ਜਾਇਆ ਕਰੋ। ਇੱਥੋਂ ਦਿਖਾ ਦੇ ਗੈਰੀ ਗੈਪ ਨਾਲੇ ਬੰਨੇ, ਥਣਾ ਦਾ ਗੈਪ ਕਿੰਨਾ, ਤਕਰੀਬਨ ਫੁੱਟ ਦੇ ਏੜ ਗੇੜੀ ਹੋਊਗਾ। ਹੁਣ ਆਹ ਬੱਚੀ ਆ ਜਰ ਜੀ, ਇਹਦੀ ਜਾ ਕੇ ਕੋਈ ਕੇਅਰ ਹੀ ਨਹੀਂ ਕਰੂਗਾ, ਹਾਂਜੀ ਤਾਂ ਇਹ 12 ਕਿਲੋ ਵੀ ਨਹੀਂ ਦਿੰਦੀ, ਜੇ ਕੇਅਰ ਕਰਨ ਵਾਲਾ ਹੋਇਆ ਤਾਂ ਚਾਹੇ 25 ਕਿਲੋ ਚੋ ਲਵੇ ਇਹਦੇ ਤੁਹਾਨੂੰ। ਠੀਕ ਹੈ ਗੱਲ, ਇਹਦਾ ਕੀ ਰਿਕਾਰਡ ਦੱਸਿਆ ਦੁੱਧ ਆਪਾਂ ਨੂੰ? ਰਿਕਾਰਡ ਭਾਜੀ 18 ਕਿਲੋ ਦੱਸਿਆ ਪਹਿਲਾਂ ਦਾ, ਠੀਕ ਹੈ ਗੱਲ, ਦੂਜਾ ਸੂਆ ਆਪਾਂ ਨੂੰ ਦੱਸਿਆ, ਹਾਈਟ ਆ ਗਈ ਦਰਮਿਆਨੀ, ਹਾਂ ਜਰਸੀ ਵਾਲਾ ਕਰਦਾ ਜੀ ਇਹਦਾ, ਆ ਗਈ ਚੜਾਈ ਵਾਲੀ। ਤੁਹਾਨੂੰ ਗੱਲ ਇੱਕ ਹੋਰ ਦੱਸ ਦੇਣਾ, ਬੱਚੇ ਟੌਪ ਦੇ ਤਿਆਰ ਕਰ ਦੂਗੀ ਗਾਹਾਂ, ਹਾਂਜੀ ਚੰਗੇ ਬੱਚੇ ਪਾਉਣ ਵਾਲੀ ਆ, ਇਹਦੇ ਜੋੜਾ ਲੈਣਾ ਹੈ, ਜੋੜੇ ਚ ਵੀ ਮਾਨ ਤਾਨ ਹੋ ਜੂ ਮਾੜਾ ਮੋਟਾ, ਇਹਦਾ ਵੀ ਆਪਣੇ ਫਿਕਸ ਪ੍ਰਾਈਸ ਹੀ ਹੋਣਗੇ ਅੱਜ, ਬਸ ਇਹਦਾ ਰੇਟ ਕੀ ਆ ਬਾਈ? ਜਿਹਦਾ ਮੁੱਲ ਕਰਾਉਣਾ ਤਾਂ ਜਿਹੜਾ ਮਰਜ਼ੀ ਕਰਾਵਾ, 55,000 ਰੁਪਏ ਦਾ ਲੈ ਲਾਂਗੇ ਆਪਾਂ, ਸਿਰਫ ਸਿਰਫ ਹੀ ਬਸ 55 ਦੀ ਦੇ, ਕਿਉਂਕਿ ਹੁਣ ਮੰਦਾ ਹੈਗਾ ਆਪਾਂ ਮੰਦੇ ਦੇ ਹਿਸਾਬ ਨਾਲ ਹੀ ਮੁੱਲ ਪਾਉਣੇ ਨੇ, ਕਿਉਂਕਿ ਵੀਡੀਓ ਉਹ ਬੰਦੇ ਨੇ ਦੇਖਣੀ ਹੈ, ਕੰਮ ਦਾ ਟਾਈਮ ਆ ਜਿਹਨੂੰ ਜਮਾਂ ਲੋੜ ਹੋਈ, ਠੀਕ ਹੈ ਗੱਲ, ਉਹਨੂੰ ਇੱਥੇ ਆਉਣ ਦੀ ਲੋੜ ਨਾ ਪਵੇ ਵੀ ਟਾਈਮ ਖਰਾਬ ਕਰਨ ਦੀ ਲੋੜ ਨਾ ਪਵੇ, ਪੈਸੇ ਖਾਤੇ 'ਚ ਪਾਵੇ, ਬੈਠ ਕੇ ਪਹੁੰਚ ਜੂ। ਬਸ ਜਿਹਦਾ ਨੰਬਰ ਲੱਗ ਗਿਆ ਫੋਨ ਤੇ ਬਾਈ ਨਾਲ, ਐ ਸਮਝ ਲਓ ਵੀ ਉਹਨੂੰ ਬੈਠ ਮਿਲ ਜੂਗੀ, ਜਿਹੜਾ ਬੰਦਾ ਐ ਝਾਕ ਰੱਖੂ ਵੀ ਰੇਟ ਤੋੜ ਲੂੰਗਾ ਉਹ ਵੇਟਿੰਗ 'ਚ ਹੀ ਰਹਿ ਜੂਗਾ ਮੇਰੇ, ਬਸ ਕਿਉਂਕਿ ਸਮਾਂ ਕਿਹੜਾ ਚੱਲ ਰਿਹਾ ਵੀਰੇ, ਸਾਰੇ ਆਪਾਂ ਜ਼ਿਮੀਦਾਰ ਭਰਾ ਜਿੰਨੇ ਨੇ ਹੁਣ ਕੰਮ 'ਚ ਵੜ ਗਏ ਹਨਾ, ਕਿਉਂਕਿ ਜ਼ਿਮੀਦਾਰਾਂ ਨਾਲ ਹੀ ਆਪਾਂ ਕੋਈ ਵੀ ਕਾਰੋਬਾਰ ਆ ਜ਼ਿਮੀਦਾਰ ਦੇ ਨਾਲ ਹੀ ਆ ਸਾਰਾ,
ਠੀਕ ਆ, ਇਹ ਹੋ ਗਈ 55 ਦੀ। 55,000 ਰੁਪਏ ਦਾ ਫਿਕਸ ਪ੍ਰਾਈਸ ਹੀ ਆ ਜੀ ਬਸ। ਆ ਜਾ ਕਰੀ 3 ਨੰਬਰ ਵਾਲੀ ਤੇ ਬੱਛੀ ਘਰ ਇਹਦੀ ਖੜੀ। ਇਹ ਸਵੇਰੇ ਸੂਈ ਆ ਜੀ 4 ਵਜੇ। ਠੀਕ ਆ ਗੱਲ। ਪਿਓਰ ਚੌਗੀ ਆ ਦੰਦੀ ਦੀ, ਪਹਿਲਾਂ ਮੂੰਹ ਪੱਟ ਕੇ ਦਿਖਾ ਦਾਂਗੇ। ਦੰਦਾਂ ਦੀ 4 ਦੰਦ। ਬੱਚਾ ਕੀ ਆ ਨਾਲ? ਬੱਛੀ ਆ ਜੀ, ਪਿਓਰ ਜਰਸੀ ਦੀ। ਜਰਸੀ ਦੀ ਬੱਛੀ ਆ ਗਈ ਹੈ ਨਾ, ਦੰਦ ਵੀ ਦਿਖਾ ਦੇਗਾ ਨਹੀਂ ਲੱਗ ਜੀ। ਆ ਲਓ ਜੀ, ਇੱਕਦਮ ਹੀ ਕਹਿਣ ਦਾ ਹੁੰਦਾ। ਆ ਦੇਖ ਲਓ ਪਿਓਰ ਚੌਗੀ ਆ ਜੀ। ਠੀਕ ਆ ਗੱਲ। ਇਹ ਨਹੀਂ ਗੱਲ, ਹੋਰ ਬਾਈ ਖੋਲ ਕੇ ਬਾਹਰ ਨੂੰ ਲੈ ਬਰ ਤੋਰ ਜੋ ਬਰਾ ਸੂਆ ਪਹਿਲਾ। ਪਹਿਲਾਂ ਬੱਛੀ ਆ ਜੀ, ਜਮਾਂ ਤੜਕੇ 4 ਵਜੇ ਸੂਈ ਆ, ਜੇਰ ਜੱਪੇ ਦੀ ਜਮਾਂ ਸਾਫ ਆ, ਜੇਰ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ। ਠੀਕ ਆ ਗੱਲ। ਸੂਆ ਪਹਿਲਾ ਆਰਡਰ ਬਿਲਕੁਲ ਨਾਲ ਲੱਗਮਾ ਥਣ ਕੱਲਾ ਕੱਲਾ ਚਬਾਈ ਦੀ ਤੇ ਪਾਵੇਂ ਆਰ ਗਿਆ ਚਬਾਈ ਤਾਂ ਯਾਰ ਇਥੇ 20 ਚ ਖੜ ਕੇ ਚੋਲੇ ਬੰਦਾ ਜਿਵੇਂ ਹੁਣ ਇਹ ਬੱਚੀ ਆ ਜੇ ਕੇਅਰ ਕਰੂਗਾ ਤਾਂ 20 ਕਿਲੋ ਦੁੱਧ ਦੇ ਦੂਗੀ, ਨਹੀਂ 16 ਕਿਲੋ ਦੁੱਧ ਤਾਂ ਐ ਵੱਟਦੇ ਪਿਆ ਯਾਰ, ਕਿਤੇ ਗਿਆ ਹੀ ਨਹੀਂ। ਕੱਦ ਵੀ ਚੰਗਾ ਆ ਗਿਆ ਨਾ, ਕੱਦ ਵੀ ਚੰਗਾ, ਬਰੀਡ ਵੀ ਚੰਗੀ ਆ, ਪਲੇਨ ਆ, ਕੰਨੇ ਦੀ ਇਹ ਨਹੀਂ ਹੈਗੀ ਵੀ ਆਪਾਂ ਕ੍ਰੋਸ ਕਹਿ ਦਾਂਗੇ ਇਹਨੂੰ ਬਾਲੀ। ਠੀਕ ਆ ਗੱਲ। ਇਹ ਇੱਥੇ ਰੋਕ ਲੈ ਪੁੱਤ। ਸਵਾਦ ਹੀ ਕਿਵੇਂ? ਮੈਂ ਕਿਹਾ ਬੜੀ ਠੰਡੀ ਆ ਯਾਰ, ਬਰਫੀ ਆ ਬਾਈ ਯਾਰ, ਮੇਰੀ ਡਰ ਜਾਂਦਾ ਬਾਈ। ਓ ਬੱਚੇ ਤੇ ਲੈ ਚੱਲ ਪੁੱਤ, ਬੱਚੇ ਤੇ ਲੈ, ਬੱਚੇ ਤੇ ਲਿਆ ਕੇ ਸਾਨੂੰ ਆਪਾਂ ਖੜਾ ਕੇ ਦਿਖਾ ਦਾਂਗੇ ਇੱਕ ਵਾਰੀ ਅੰਦਰ ਸਵਾਦ ਹੀ। ਆਪਾਂ ਧਾਣਾ ਵੀ ਮਾਰ ਕੇ ਦਿਖਾ ਦੇਵਾਂਗੇ। ਠੀਕ ਆ ਗੱਲ। ਬਸ ਇਹਨਾਂ ਦਾ ਐ ਮੰਨ ਵੀ ਜਿਹੜੇ ਵੀਰ ਨੇ ਵੀਡੀਓ ਦੇਖ ਲਈ ਇਹਨਾਂ ਦੀ, ਉਹਨਾਂ ਤੋਂ ਪੈਸੇ ਹੀ ਪਵਾਉਣੇ ਆ ਖਾਤੇ 'ਚ, ਬਸ ਆਪਾਂ ਘੱਟ ਵੱਧ ਵਾਲਾ ਕੰਮ ਤਾਂ ਰੱਖਣਾ ਹੀ ਨਹੀਂ। ਠੀਕ ਆ ਗੱਲ। ਹਾਂ ਕੰਮ ਅੱਜ ਜੱਗੀ ਕਹਿੰਦਾ ਫਿਰ ਸੱਜਣੋ ਨਾ ਫਿਕਸ ਫਿਕਸ ਜਿਹੀ ਚੱਲੂਗਾ ਤੇ ਰੇਟ ਵੀ ਹੈਰਾਨ ਕਰਨ ਵਾਲੇ ਨੇ। ਦੂਆ ਤਾਂ ਹੁਣ ਮੈਨੂੰ ਵੀ ਆ ਦੇਖ ਲਓ ਕੋਈ ਵੀਰ ਘੱਟ ਕਰ ਲੈ ਕਹਿੰਦੇ ਨੂੰ, ਕੋਈ ਵੀਰ ਐ ਨਹੀਂ ਕਹਿੰਦਾ ਵੀ ਕੱਲ ਦੀ ਸੂਈ ਆ ਜਾਂ ਦੋ ਦਿਨਾਂ ਦੀ ਸੂਈ ਆ, ਤੜਕੇ 4 ਵਜੇ ਸੂਈ ਆ ਜਾਂ ਬੱਚੀ ਵੀ ਨਹੀਂ ਖੜਨ ਲੱਗੀ। ਕਾਫੀ ਕਲਰ ਦੀ ਬੱਚੀ ਆ ਨਾਲ ਸੁਭਾਅ ਦੀ ਠੰਡੀ ਆ, ਨਿਆਣੇ ਹੀ ਤਾਂ ਨਹੀਂ ਲੋੜ ਪੈਂਦੀ। ਮੈਂ ਤਾਂ ਲੋੜ ਹੀ ਨਹੀਂ ਬਾਈ ਕਾਸੇ ਦੀ ਵੀ, ਲੋੜ ਨਹੀਂ ਜਮਾ। ਆ ਫੜ ਪੁੱਤ ਬੱਚੀ ਕਰੀ ਮੂਰੇ, ਫੜ ਕੇ ਰੱਖ ਬੱਚੀ ਨੂੰ ਚੋਬਰਾ ਹਲੋ ਲੈ ਮਾਰ ਦੇ, ਦੋ ਦੋ ਧਾਰਾਂ ਮਾਰ ਦੀ, ਜ਼ਿਆਦਾ ਖਰਾਬ ਨਾ ਕਰੀ ਥੱਲੇ। ਡਾਂਗਾਂ ਵਰਗੀ ਜਵਾਈ ਆ ਵੀਰੇ, ਪਿਛਲਾ ਜਿਹਾ ਮਾਰ ਦੇ। ਬਥੇਰੇ ਮੈਨੂੰ ਕਹਿੰਦੇ ਆ ਵੀ ਬਾਈ ਤੈਂ ਵੀਡੀਓ ਪਾਈ ਦਾ ਘੰਟਾ ਹੋਇਆ ਸੀ, ਐਡੀ ਛੇਤੀ ਵਿਕ ਵੀ ਗਈਆਂ, ਇਹੋ ਜਿਹੀਆਂ ਵਿਕਦੀਆਂ ਬਾਈ। ਦੁਬਾਰੇ ਵੀ ਖੇਲੂ ਥੱਲੇ। ਮੈਂ ਕਿਹਾ ਬਹਿ ਜਾਓ ਵੀਰੇ, ਜਿਵੇਂ ਮਰਜ਼ੀ ਬਹਿ ਜਾਓ ਆਰਾਮਦਾਰੀ ਨਾਲ, ਗਰਮ ਤਾਂ ਨਹੀਂ। ਕੋਈ ਬੁੜੀ ਕੁੜੀ ਧੀ ਭੈਣ ਜਿਵੇਂ ਮਰਜ਼ੀ ਚੋਲੇ, ਇਹਨੂੰ ਇਹ ਨਹੀਂ ਹੋਊਗਾ ਵੀ ਬਾਈ ਖੇਤੋਂ ਆਊਗਾ ਫਿਰ ਕਿਉਂ ਆਊਗਾ। ਚਬਾਈ ਦੀ ਜਮੀ ਫੁੱਕੀ ਆ ਗਈ ਹੈ ਜੀ ਓਏ, ਟੌਪ ਕਲਾਸ ਆ ਵੀਰੇ ਯਾਰ। ਪੈਸੇ ਕਿੰਨੇ ਲਵੇਗਾ ਜੀ? ਪੈਸੇ 55,000 ਰੁਪਇਆ, ਹਾਂ ਨਾ ਬਈ ਲੈ ਲਾਂਗੇ ਤਾਂ ਟੈਕਸੀ। ਇਹਦਾ ਵੀ 55, ਇਹਦਾ ਵੀ 55, ਜੋੜਾ ਇਹ ਸਪੈਸ਼ਲ ਵੀਰਾਂ ਵਾਸਤੇ ਜਿਹੜੇ ਕੰਮ 'ਚ ਬੜੇ ਹੋਏ ਨੇ। ਠੀਕ ਹੈ ਗੱਲ। ਇਹ ਸਪੈਸ਼ਲ ਉਹਨਾਂ ਵਾਸਤੇ ਆ ਵੀ ਉਹਨਾਂ ਨੂੰ ਆਉਣ ਦੀ ਲੋੜ ਨਹੀਂ। ਧਾਰਾ ਆਪਾਂ ਵੀਡੀਓ 'ਚ ਦਿਖਾਤੀਆਂ, ਬੱਚੀ ਜੇਰ ਜੱਪੇ ਦੀ ਆਪਣੀ ਗਰੰਟੀ ਹੈ। ਠੀਕ ਹੈ ਗੱਲ। ਦੁੱਧ ਉਹਨਾਂ ਦੀ ਸੇਵਾ ਦਾ। ਠੀਕ ਹੈ ਗੱਲ। ਉਹ 15 ਲੈ ਲੈਣ, 20 ਲੈ ਲੈਣ, 15 ਲੈ ਲੈਣ, 20 ਲੈਣ, 15 ਤੋਂ ਜ਼ਿਆਦਾ ਇਹ ਜੀ ਬੱਚੀ ਕੀ, 15 16 ਤੋਂ ਤਾਂ ਹੁਣ ਘੱਟ ਕੱਢੂਗੀ, ਬਣਾਵਟ ਦੇਖ ਲਓ ਕਿੱਡੀ ਚੰਗੀ ਹੈ। ਆਰਡਰ ਆ ਗਿਆ ਬਿਲਕੁਲ ਨਾਲ ਲੱਗਮਾ ਨਾ, ਐਨ ਫਿਕਸ ਆਰਡਰ ਆ ਪੂਰਾ, ਅੱਗੇ ਪਿੱਛੇ ਦਾ ਡਰਾਈਵ ਹੀ ਨਹੀਂ ਹੈਗਾ ਵੀ ਕੋਈ ਗਾਵਾਂ ਟੁੱਟ ਮਜੇ ਲੈ ਲੈ ਕੇ ਫਿਰੀ ਜਾਂਦੀਆਂ ਨੇ। ਤੇ ਥਣ ਦਾ ਸਾਈਜ਼ ਵੀ ਬਾ ਕਮਾਲ ਰੱਖਦੀ ਆ, ਚਮਕ ਦਮਕ ਵੀ ਚੰਗੀ ਆ ਤੇ ਸੂਆ ਪਹਿਲਾਂ ਅੱਗੇ ਜਾ ਕੇ ਵਧਣ ਵਾਲਾ ਸਿਸਟਮ। ਹਾਂ ਜਿਵੇਂ ਮਰਜ਼ੀ 2-4 ਸੂਏ ਹੈ ਜੀ ਬੱਛੀ ਨੂੰ ਚੋ ਲਵੇ ਹਨਾ। ਤੇ ਹੁਣ ਮਾਰ ਗਈ 4 ਨੰਬਰ ਵਾਲੀ ਦੇ ਕੈਮਰਾ ਹੋਏ, ਇਹ ਜਰਸੀ ਕ੍ਰੋਸ ਆ ਗਈ ਆ। ਹਾਂ ਜੀ, ਸਾਈਵਾਲ ਨਾਲ ਕ੍ਰੋਸ ਆ ਵੀਰੇ, ਫੈਟ ਵਗੈਰਾ ਦੀ ਜਿਵੇਂ ਬੱਛੀ ਪੂਰੀ ਟੌਪ ਨਿਕਲੂਗੀ ਇਹ। ਤੋਰ ਜੋ ਬਰਾ ਸੂਆ ਬਾਈ ਦਾ, ਸੂਆ ਪਹਿਲਾਂ ਬਾਈ ਜੀ ਪਹਿਲਾਂ। ਹਾਂ ਜੀ ਹਾਂ, ਹੋ ਸਕਦਾ ਵੀ ਦੰਦਾਂ 'ਚ ਹੀ ਹੋਵੇ ਅਜੇ, ਖੜ ਜਾ ਗੱਲ ਦੇਖ ਲੈ, ਕਈ ਵਾਰੀ ਹੋ ਸਕਦੀ ਛਿੱਗੀ ਆ ਵੀਰੇ ਪਿਓਰ। ਠੀਕ ਆ ਗੱਲ। ਪਿਓਰ ਛੇ ਦੰਦ ਆ, ਕੋਈ ਵੀਰ ਆ ਕੇ ਦੰਦ ਪੱਟ ਲੇ ਤਾਂ ਇਹ ਨਹੀਂ ਹੈਗਾ ਵੀ ਦੰਦਾਂ ਦੀ ਪੂਰੀ ਨਿਕਲੂਗੀ। ਠੀਕ ਆ ਗੱਲ। ਪਿਓਰ ਛਿੱਗੀ ਆ, ਹੌਲੀ ਪੁੱਤ ਹੌਲੀ ਤੁਰ, ਕਿਆ ਹੀ ਨਾ ਤਲਕਣਾ ਜਾਵੇ। ਕਿੰਨੇ ਦਿਨ ਕੱਢੂਗੀ? ਦਿਨ ਵੀਰੇ ਮਾਲਕ ਨੇ ਆਪਾਂ ਨੂੰ ਇੱਕ ਹਫ਼ਤਾ ਦੱਸਿਆ। ਆਰਡਰ ਰੱਖਦੀ ਆ ਫੁੱਲ ਚੌੜਾ, ਮੈਂ ਕਿਹਾ ਪੂਰੀ ਫੁੱਲ ਟੌਪ ਦੀ ਆ ਜਿਵੇਂ ਸਾਈ ਵਾਲਾਂ ਦੇ ਆਰਡਰ ਹੁੰਦੇ ਨੇ। ਠੀਕ ਆ ਗੱਲ। ਉਹ ਚੀਜ਼ ਨਿਕਲੂਗੀ ਇਹ, ਇਹ ਜ਼ਿਆਦਾ ਕਰ 70% ਸਾਈ ਵਾਲ ਆਏ ਮੰਨੋ। ਠੀਕ ਆ ਜੀ।
ਓਏ ਉਹ ਮੱਛੀ ਫੜ ਕੇ ਲੈ ਕੇ ਜਾਇਓ ਮਣੀ ਤੇਜ਼ੀ ਆਈ ਓਏ। ਜ਼ਿਆਦਾਤਰ ਬਾਈ ਕਹਿੰਦਾ ਸਾਹੀਵਾਲ ਦਾ ਆਰਡਰ ਹੁੰਦਾ ਨਾ ਜਿੱਦਾਂ ਦਾ ਓਦਾਂ ਦੀ ਸ਼ੇਪ। ਜਿਹੜੇ ਵੀਰ ਸਾਹੀਵਾਲ ਲੈਣ ਦੇ ਸ਼ੌਕੀਨ ਨੇ ਉਹ ਇਹ ਲੈ ਲੈਣ, ਕਿਉਂਕਿ ਸਾਹੀਵਾਲ ਜਿਹੜੀਆਂ ਪਿਓਰ ਨੇ ਵੀਰੇ ਥੋੜੀਆਂ ਜਿਹੀਆਂ ਗਰਮੈਸ਼ ਚ ਨਿਕਲਦੀਆਂ ਨੇ। ਠੀਕ ਆ ਗੱਲ, ਕਿਉਂਕਿ ਸਾਹੀਵਾਲ ਕਰਮਾਂ ਵਾਲੀ ਕੋਈ ਇੱਕ ਅੱਧੀ ਠੰਡੀ ਨਿਕਲਦੀ ਆ ਭਾਗਾਂ ਵਾਲੀ ਤੇ ਆ ਗਈ ਗੋਲ ਦੇ ਮਾਂ ਹਨਾ। ਮੈਂ ਕਿਹਾ ਯਾਰ ਟੌਪ ਕਲਾਸ ਨਿਕਲੂਗੀ, ਮਤਲਬ ਕੋਈ ਵੀਰ ਐ ਨਹੀਂ ਹੈਗਾ ਵੀ ਇਹਦੇ ਚੋਂ। ਦੇਖ ਲੇਵਾ ਦਿਖਾ ਦੇ ਕਿੰਨਾ ਚੌੜਾ ਗੇਰੀ, ਮਾੜਾ ਨੇੜੇ ਲਾ ਕੇ ਦਿਖਾ ਦੇ। ਇੱਕ ਹਫ਼ਤਾ ਪੈਂਡਿੰਗ ਹੈ ਇਹਦਾ। ਇਹ ਸਪੈਸ਼ਲ ਵੀਡੀਓ ਆ ਕੰਮ ਵਾਲੇ ਵੀਰਾਂ ਵਾਸਤੇ ਜਿਹੜੇ ਕੰਮ 'ਚ ਵੜੇ ਹੋਏ ਨੇ। ਠੀਕ ਹੈ ਗੱਲ, ਖੇਤੀਬਾੜੀ 'ਚ ਵੜੇ ਹੋਏ ਨੇ। ਇੱਕ ਹਫ਼ਤਾ ਦਾ ਪੈਂਡਿੰਗ ਆ, ਦੁੱਧ ਕਿੰਨਾ ਕੁ ਪਾ ਸਕਦੇ ਜੱਗੀ ਆਈਡੀਆ? ਦੁੱਧ ਵੀਰੇ 16 17 ਕਿਲੋ ਕੱਢ ਦੂਗੀ ਦੁੱਧ। ਮੈਂ ਕਿਸੇ ਦੀ ਵੇੜ ਦੀ ਨਾ, ਹਾਂ ਮੈਂ ਦੁੱਧ ਦੀ ਗਰੰਟੀ ਕਿਸੇ ਦੀ ਵੀ ਨਹੀਂ ਦਿੰਦਾ। ਠੀਕ ਆ ਗੱਲ, ਕਿਉਂਕਿ ਦੁੱਧ ਦੀ ਜਿਹੜੀ ਗਰੰਟੀ ਆ ਨਾ, ਦੁੱਧ ਆਪਣੇ ਕਿੱਲੇ ਦਾ, ਆਪਣੀ ਕੇਅਰ ਦਾ। ਪਰ ਰੰਗ ਰੁੰਗ ਬੜਾ ਸੋਹਣਾ ਆਰਡਰ ਦਾ। ਮੈਂ ਕਿਹਾ ਯਾਰ ਚਮਕ ਚੁਮਕ ਦਮਕ ਨਾੜਾਂ ਦੇਖ ਲੈ, ਲੇਵੇ ਤਾਂ ਖੜੀਆਂ ਟੌਪ ਕਲਾਸ। ਇੱਥੋਂ ਗੈਰੀ ਸਾਰੀ ਦਿਖਾ ਦੀ ਪੈਸੇ ਦੇ ਜੱਗੀ। ਬਾਈ ਜੀ ਇਹਦਾ ਮੁੱਲ ਆ 60,000 ਰੁਪਇਆ, ਬਸ ਛੋੜ ਕਰ ਦਿਆਂਗੇ ਇਹਦੇ ਚੋਂ 60 ਚੋਂ। 60 ਚੋਂ ਮਨ ਤਾਂ ਆਏ ਵੀਰ ਦਾ ਕਰਕੇ ਤੋਰਾਂਗੇ, ਇਹ ਨੀ ਗੱਲ। ਨੰਬਰ ਬੋਲ ਦੇ ਮੇਰਾ, 98-153-69-107 ਜੀ। ਠੀਕ ਆ ਜੀ, ਜੱਗੀ ਬਰਨਾਲਾ, ਆਪਣਾ ਘਰ ਹੈਗਾ ਸੇਖਾ ਰੋਡ ਤੇ ਵੀਰੇ, ਜਿਹੜਾ ਧੂਰੀ ਨੂੰ ਰੋਡ ਜਾਂਦਾ ਹੈਗਾ, ਗੁਰੂ ਰਾਮਦਾਸ ਨਗਰ, ਸੇਖਾ ਰੋਡ ਬਰਨਾਲਾ, ਕੋਠੇ ਦੇ ਹੱਤੀ ਪੈਂਦੇ ਆਪਣੇ। ਠੀਕ ਆ ਜੀ, ਤੇ ਸੰਪਰਕ ਬਾਈ ਨਾਲ ਕਰ ਲਿਓ, ਨੰਬਰ ਸਕਰੀਨ ਤੇ ਚੱਲੂਗਾ। ਜਿਹੜੇ ਭਾਅ ਅੱਜ ਬਾਈ ਨੇ ਕਰਤੇ ਉਹ ਡਰੈਸ ਆਪਣਾ ਸਾਹਮਣੇ ਮਰਵਾ ਦੀ ਗਰੀ, ਇਹ ਭਾਅ ਵੀ ਨਹੀਂ ਤੁਹਾਨੂੰ ਮਾਰਕੀਟ ਚੋਂ ਮਿਲਨੇ। ਇਹ ਸਪੈਸ਼ਲ ਆ, ਟਰਾਈ ਮਾਰਿਓ ਪਹਿਲਾਂ। ਮੈਂ ਕਿਹਾ ਕਿਤੇ ਵੀ ਜਾ ਕੇ ਵੀਰ ਟਰਾਈ ਮਾਰਿਓ, ਉਹਨੂੰ ਸਾਰੀਆਂ ਵੀਡੀਓ ਦੇਖ ਕੇ ਫੇਰ ਆਪਾਂ ਤੋਂ ਮੰਗਾਉਣ, ਪਰ ਲੇਟ ਨਾ ਹੋ ਜਾਣ, ਉਦੋਂ ਨੂੰ ਵਿਕ ਜਾਣਗੀਆਂ। ਠੀਕ ਹੈ ਗੱਲ, ਹਾਂ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ, ਤਸੱਲੀ ਕਰਕੇ ਲੈ ਜਾਓ, ਕਿਉਂਕਿ ਹੁਣ ਕੰਮ ਦਾ ਟਾਈਮ ਆ। ਅੱਗੇ ਆਪਾਂ ਗਾਵਾਂ 20-20 15-15 ਗਾਵਾਂ ਦੀ ਵੀਡੀਓ ਇਕੱਠੀ ਪਾਉਂਦੇ ਆ। ਠੀਕ ਹੈ ਗੱਲ, ਹੁਣ ਕੰਮ ਦਾ ਟਾਈਮ ਆ ਹੁਣ, ਕਿਉਂਕਿ ਥੋੜਾ ਜ਼ਿਮੀਦਾਰ ਵੀਰ ਨੇ ਜਿਹੜੇ ਉਹ ਕੰਮ ਕਾਰ 'ਚ ਵੜ ਗਏ, ਹਨਾ। ਠੀਕ ਹੈ ਗੱਲ, ਇਹ ਤਾਂ ਐਵੇਂ ਮੰਨੋ ਵੀ ਜਿਹਨੂੰ ਜਮਾਂ ਹੀ ਲੋੜ ਆ ਪੂਰੀ, ਹੁਣ ਉਹ ਵੀਡੀਓ ਦੇਖੂਗਾ। ਠੀਕ ਹੈ, ਆਮ ਅੱਗੇ ਮੇਰੇ ਵਰਗੇ ਵਿਹਲੇ ਸਾਰੇ ਫੋਨ ਚੱਕੀ ਬੈਠੇ ਸੀ, ਉਹ ਨਹੀਂ ਦੇਖਦੇ ਹੁਣ, ਕਿਉਂਕਿ ਉਹ ਸਾਰੇ ਕੰਮਾਂ ਕਾਰਾਂ 'ਚ ਵੜ ਜਾਂਦੇ। ਭਾਅ ਵੀ ਬੜਾ ਲੋਟ ਆ ਜਾਂਦਾ, ਭਾਅ ਤਾਂ ਯਾਰ ਜਮਾਂ ਹੀ ਐਂ ਮੰਨੋ ਬਾਈ ਯਾਰ, ਜੇ ਹੁਣ ਅੱਜ ਵਾਲੇ ਭਾਅ 'ਚ ਨਾ ਕੋਈ ਵੀਰ ਹਨਾ ਵਿਹੜ ਲੈ ਸਕਿਆ, ਫਿਰ ਉਹ ਦੂਜੀ ਤੋਂ ਬਸ ਐਂ ਮੰਨ ਲਓ ਵੀ ਪਾਊਡਰ ਵਾਲਾ ਪੀ ਲਵੇ, ਫਿਰ ਉਹ ਲੈ ਵੀ ਨਹੀਂ ਸਕਦਾ। ਹਾਂ ਮਤਲਬ ਉਹ ਬਾਅਦ 'ਚ ਜ਼ਹਿਰ ਪੀਣ ਵਾਲੇ ਆ ਫਿਰ ਉਹ। ਠੀਕ ਹੈ ਗੱਲ, ਨਹੀਂ ਗੱਲ ਸਾਫ਼ ਆ, ਤੋ ਜਿਹੜੀ ਜ਼ਹਿਰ ਹੀ ਆ ਜਿਹੜੇ ਪਾਉਂਦੇ ਆ ਦੂਜੀ, ਉਹ ਕੀ ਜ਼ਹਿਰ ਹੀ ਆ ਸਾਰੀ। ਠੀਕ ਹੈ ਗੱਲ, ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ, ਤਸੱਲੀ ਕਰਕੇ ਗਾਵਾਂ ਲੈ ਜਾਓ ਬਾਈ ਤੋਂ। ਧੰਨਵਾਦ।